ਜਿਗਰੀ ਦੋਸਤ ਕਰ ਗਿਆ ਯਾਰ ਮਾਰ, ਆਪਣੇ ਦੋਸਤ ਦੇ ਹੀ 9 ਸਾਲਾਂ ਦੇ ਬੱਚੇ ਨੂੰ ਕੀਤਾ ਅਗਵਾ, ਫਿਰੌਤੀ ਲਈ ਮੰਗੇ 50 ਲੱਖ ਰੁਪਏ। ਪਹਿਲਾਂ ਘਰ ਦੇ ਵਿੱਚ ਰਹਿ ਕੇ 6 ਮਹੀਨੇ ਕਰਦਾ ਰਿਹਾ ਰੇਕੀ, ਸਕੂਲ ਗਏ ਬੱਚੇ ਨੂੰ ਕੀਤਾ ਅਗਵਾ ਅਤੇ ਮੰਗੇ 50 ਲੱਖ ਰੁਪਏ। ਤਾਂ ਦੱਸ ਦਈਏ ਕਿ ਬੀਤੇ ਦਿਨਾਂ ਦੇ ਵਿੱਚ ਇੱਕ 9 ਸਾਲ ਦੇ ਬੱਚੇ ਦਾ ਅਪਹਰਣ ਹੋ ਗਿਆ ਸੀ, ਕਿਡਨੈਪ ਹੋ ਗਿਆ ਸੀ। ਦੱਸ ਦਈਏ ਖਬਰ ਬਠਿੰਡਾ ਤੋਂ ਸਾਹਮਣੇ ਆ ਰਹੀ ਹੈ, ਜਿੱਥੇ ਬੀਤੇ ਦਿਨੀ ਇੱਕ 9 ਸਾਲਾਂ ਦੇ ਬੱਚੇ ਦਾ ਕਿਡਨੈਪ ਹੋ ਗਿਆ ਸੀ, ਜਿਸ ਤੋਂ ਬਾਅਦ ਮਾਪਿਆਂ ਦੇ ਵੱਲੋਂ ਫੋਟੋ ਵਾਇਰਲ ਕਰਵਾਈ ਗਈ ਅਤੇ ਪੁਲਿਸ ਨੇ ਵੀ ਕਾਫੀ ਕੋਸ਼ਿਸ਼ਾਂ ਕੀਤੀਆਂ। ਹਾਲਾਂਕਿ 2 ਦਿਨਾਂ ਬਾਅਦ ਬੱਚਾ ਤੇ ਮਿਲ ਗਿਆ ਸੀ, ਪਰ ਦੱਸ ਦਈਏ ਕਿ ਕਿਡਨੈਪਰ ਹੁਣ ਕਾਬੂ ਆਇਆ ਹੈ ਪੁਲਿਸ ਦੇ। ਬੱਚੇ ਦੇ ਪਿਤਾ ਦਾ ਦੋਸਤ ਹੀ ਕਿਡਨੈਪਰ ਨਿਕਲਿਆ। ਦਰਅਸਲ ਬੱਚੇ ਦੇ ਪਿਤਾ ਘਰ ਦੇ ਵਿੱਚ ਇਸ ਆਪਣੇ ਦੋਸਤ ਨੂੰ ਰੱਖ ਰਹੇ ਸੀ, ਇਸ ਨੂੰ ਕੰਮ ਸਿਖਾਇਆ, 6 ਮਹੀਨੇ ਇਹ ਪਰਿਵਾਰ ਦੇ ਨਾਲ ਰਿਹਾ, ਬੱਚਾ ਇਸ ਨੂੰ ਚੰਗੀ ਤਰ੍ਹਾਂ ਜਾਣਨ ਲੱਗ ਗਿਆ ਸੀ, ਇਹ ਬੱਚੇ ਨੂੰ ਘੁਮਾਉਣ ਦੇ ਬਹਾਨੇ ਲੈ ਗਿਆ ਅਤੇ ਉਸਦਾ ਕਿਡਨੈਪ ਕਰ ਲਿਆ ਇਸਨੇ। ਫਿਰ ਬਾਅਦ ਦੇ ਵਿੱਚ ਮਾਪਿਆਂ ਤੋਂ 50 ਲੱਖ ਰੁਪਏ ਦੀ ਮੰਗ ਵੀ ਕੀਤੀ। ਹਾਲਾਂਕਿ ਬਾਅਦ ਦੇ ਵਿੱਚ ਫੋਟੋ ਵਾਇਰਲ ਹੋਣ ਕਰਕੇ, ਦਰਸ਼ਕਾਂ ਦੇ ਕਰਕੇ, ਫੇਸਬੁੱਕ ਜਿਹੜੇ ਚਲਾਉਂਦੇ ਨੇ ਉਹਨਾਂ ਕਰਕੇ ਬੱਚਾ ਜਲਦ ਹੀ ਮਿਲ ਗਿਆ, ਪਰ ਪੁਲਿਸ ਨੇ ਫਿਰ ਵੀ ਆਪਣੀ ਕਾਰਵਾਈ ਨਹੀਂ ਛੱਡੀ। ਬੱਚਾ ਮਿਲਣ ਤੋਂ ਬਾਅਦ ਵੀ ਕਿਡਨੈਪਰ ਦੀ ਭਾਲ ਜਾਰੀ ਰਹੀ ਅਤੇ ਹੁਣ ਇਸ ਕਿਡਨੈਪਰ ਨੂੰ ਫੜ ਲਿਆ ਗਿਆ ਹੈ। ਆਓ ਪੁਲਿਸ ਤੋਂ ਜਾਣਦੇ ਹਾਂ ਕਿ ਕਿਵੇਂ ਘੜੀ ਸੀ ਇਸਨੇ ਸਾਰੀ ਸਾਜਿਸ਼ ਅਤੇ ਕਿਉਂ ਆਪਣੇ ਹੀ ਦੋਸਤ ਦਾ ਬੱਚਾ ਇਸ ਨੂੰ ਕਿਡਨੈਪ ਕਰਨਾ ਪਿਆ। ਕਿ 17/3/2024 ਨੂੰ ਫੂਲ ਪਿੰਡ ਦੇ ਵਿੱਚ ਇੱਕ 9 ਸਾਲ ਦੇ ਬੱਚੇ ਨੂੰ ਕਿਡਨੈਪ ਕੀਤਾ ਗਿਆ ਸੀ। ਇੱਕ ਮੋਟਰਸਾਈਕਲ ਸਵਾਰ ਅਣਪਛਾਤਾ ਬੰਦਾ ਉਹਨੂੰ ਕਿਡਨੈਪ ਕਰਕੇ ਮੋਟਰਸਾਈਕਲ 'ਤੇ ਲੈ ਗਿਆ। ਇਸ ਤੋਂ ਬਾਅਦ ਬਠਿੰਡਾ ਪੁਲਿਸ ਦੀ ਵੱਖ ਵੱਖ ਟੀਮਾਂ ਬਣਾਈ ਗਈ, ਉਹਦੇ ਵਿੱਚ DSP ਇੰਚਾਰਜ, CIA 1, ਉਸ ਤੋਂ ਇਲਾਵਾ DSP ਫੂਲ, SHO ਫੂਲ, SHO ਸਿਟੀ ਰਾਮਪੁਰਾ, ਇਹਨਾਂ ਦੀ ਸਾਰਿਆਂ ਦੀ ਵੱਖ ਵੱਖ ਟੀਮਾਂ ਬਣਾਈਆਂ ਗਈਆਂ। ਅਸੀਂ ਹਰ ਐਂਗਲ ਤੋਂ ਇਹਨੂੰ ਇਨਵੈਸਟੀਗੇਟ ਕਰਨਾ ਸਟਾਰਟ ਕੀਤਾ ਅਤੇ ਉਸ ਤੋਂ ਬਾਅਦ ਇੱਕ ਦਿਨ ਬਾਅਦ ਬੱਚਾ ਖੇਤਾਂ ਦੇ ਵਿੱਚੋਂ ਬੇਸੁਧੀ ਹਾਲਤ ਦੇ ਵਿੱਚ ਰਿਕਵਰ ਹੋ ਗਿਆ ਸੀ। ਪਬਲਿਕ ਦੀ ਮਦਦ ਦੇ ਨਾਲ ਉਹਨੂੰ ਸਹੀ ਸਲਾਮਤ ਆਪਣੇ ਉਹਨਾਂ ਦੇ ਫੈਮਿਲੀ ਮੈਂਬਰਸ ਦੇ ਹਵਾਲੇ ਕੀਤਾ ਗਿਆ। ਫਿਰ ਉਸ ਤੋਂ ਬਾਅਦ ਵੀ ਅਸੀਂ ਇਹਨੂੰ ਜਦੋਂ ਇਨਵੈਸਟੀਗੇਟ ਕਰਨ ਰਹੇ ਸੀ, ਉਹਦੇ ਘਰਦਿਆਂ ਨੂੰ ਕੌਲ ਆਈ ਫਿਰੌਤੀ ਦੀ ਕਿ ਬਈ ਤੁਹਾਡਾ ਬੱਚਾ ਸਾਡੇ ਕਬਜ਼ੇ ਦੇ ਵਿੱਚ ਹੈਗਾ, ਸਾਨੂੰ 50 ਲੱਖ ਰੁਪਏ ਦਿਓ। ਉਹ ਤੋਂ ਬਾਅਦ ਅਸੀਂ ਹੋਰ ਇਹਦੀ ਡੂੰਘਾਈ ਨਾਲ ਤਫਤੀਸ਼ ਕੀਤੀ ਅਤੇ ਦੋਸ਼ੀ ਨੂੰ ਅਸੀਂ ਅੱਜ ਸਾਡੀ CIA 1 ਦੀ ਟੀਮ ਨੇ ਅਤੇ ਅਰੈਸਟ ਕਰ ਲਿਆ ਹੈ। ਇਹਦੇ ਕੋਲੋਂ ਜਿਹੜਾ ਫੋਨ ਇਹਨੇ ਯੂਜ਼ ਕੀਤਾ ਸੀ ਕੋਲ ਕਰਨ ਲਈ, ਉਹ ਵੀ ਬਰਾਮਦ ਹੋ ਗਿਆ ਅਤੇ ਨਾਲ ਜਿਹੜੀ ਬਾਈਕ ਇਹਨੇ ਯੂਜ਼ ਕੀਤੀ ਸੀ ਉਹ ਵੀ ਬਰਾਮਦ ਹੋ ਗਿਆ। ਮੈਂ ਦੱਸਣਾ ਚਾਹੁੰਦਾ ਜਿਹੜਾ ਦੋਸ਼ੀ ਹੈ ਆ ਫੈਮਿਲੀ ਦਾ ਪਹਿਲਾਂ ਤਾਂ ਨੋਨ ਹੈ, ਬੱਚੇ ਦੇ ਫਾਦਰ ਦੇ ਕੋਲੋਂ ਪਹਿਲਾਂ 15 ਦਿਨ ਰਹਿ ਕੇ ਗਿਆ ਹੈ 6 ਮਹੀਨੇ ਪਹਿਲਾਂ। ਬੱਚੇ ਦੇ ਫਾਦਰ ਫਿਜ਼ੀਓਥੈਰੇਪੀ ਦਾ ਕੰਮ ਕਰਦੇ ਨੇ ਅਤੇ ਇਹ ਤੋਂ ਇਹ ਕੰਮ ਵੀ ਸਿੱਖੇ ਗਿਆ ਹੈ। ਬੱਚਾ ਇਹਨੂੰ ਚੰਗੀ ਤਰ੍ਹਾਂ ਜਾਣਦਾ ਸੀ। ਇਹਦੀ ਇੰਟੈਂਸ਼ਨ ਬੱਚੇ ਨੂੰ ਕਿਡਨੈਪ ਕਰਕੇ ਘਰਦਿਆਂ ਤੋਂ ਫਿਰੌਤੀ ਦੇ ਪੈਸੇ ਮੰਗਣ ਦੀ ਸੀ ਅਤੇ ਇਸ ਤੋਂ ਇਲਾਵਾ ਬਾਕੀ ਅਸੀਂ ਸਾਰੇ ਐਂਗਲ ਤੋਂ ਇਨਵੈਸਟੀਗੇਟ ਕਰਦੇ ਪਏ ਹਾਂ। ਆ ਬੱਚੇ ਨੂੰ ਆ ਖੇਤ 'ਚ ਲੈ ਜਾ ਕੇ ਉਹਦੀ ਵੀਡੀਓ ਬਣਾਈ ਅਤੇ ਉਹ ਵੀਡੀਓ ਵੀ ਘਰਦਿਆਂ ਨੂੰ ਭੇਜੀ ਕਿ ਆ ਵੇਖੋ ਤੁਹਾਡਾ ਬੱਚਾ ਸਾਡੇ ਕਬਜ਼ੇ ਦੇ ਵਿੱਚ ਹੈ ਅਤੇ ਸਾਨੂੰ ਪੈਸੇ ਦਿਓ। ਅਤੇ ਜਦੋਂ ਇਹਨੂੰ ਆਹ ਮਹਿਸੂਸ ਹੋਇਆ ਕਿ ਬਈ ਬੱਚਾ ਤੈਨੂੰ ਜਾਣਦਾ ਹੈ, ਕੱਲ੍ਹ ਨੂੰ ਨਾਂ ਲੈ ਸਕਦਾ ਹੈ, ਉਦੋਂ ਇਹਨੇ ਬੱਚੇ ਨੂੰ ਮਾਰਨ ਦੀ ਵੀ ਕੋਸ਼ਿਸ਼ ਕੀਤੀ ਅਤੇ ਉੱਥੇ ਹੀ ਦੱਬਣ ਦੀ ਵੀ ਕੋਸ਼ਿਸ਼ ਕੀਤੀ, ਪਰ ਉੱਥੇ ਪਬਲਿਕ ਦੀ ਮੂਵਮੈਂਟ ਸੀ ਅਤੇ ਆ ਘਬਰਾ ਗਿਆ ਅਤੇ ਉੱਥੇ ਬੱਚੇ ਨੂੰ ਛੱਡ ਕੇ ਫਿਰ ਉੱਥੋਂ ਭੱਜ ਗਿਆ। ਫਿਰ ਪਬਲਿਕ ਦੀ ਮੂਵਮੈਂਟ ਦੇ ਨਾਲ ਬੱਚਾ ਉਸੇ ਟਾਈਮ ਰਿਕਵਰ ਹੋ ਗਿਆ ਸੀ ਅਤੇ ਆਹ ਅੱਜ ਫੜਿਆ ਗਿਆ ਹੈ ਦੋਸ਼ੀ। ਇਹਨੇ 50 ਲੱਖ ਰੁਪਏ ਮੰਗੇ ਸੀ ਘਰਦਿਆਂ ਤੋਂ। ਸਰ ਬੈਕਗ੍ਰਾਉਂਡ ਕੀ ਹੈ ਲੜਕਾ ਦਾ, ਪਹਿਲਾਂ ਵੀ ਮਾਮਲਾ ਦਰਜ ਹੈ, ਕੀ ਕਾਰਨ ਕੀ ਸੀ, ਪੈਸੇ ਕਿਉਂ ਮੰਗਦਾ ਸੀ?
ਇਹ ਤਾਂ ਪਹਿਲਾਂ ਕੋਈ ਮੁਕਦਮਾ ਦਰਜ ਹੈ ਨਹੀਂ, ਹੁਣ ਆ ਫਿਜ਼ੀਓਥੈਰੇਪੀ ਦਾ ਹੀ ਕੰਮ ਕਰਦਾ ਹੈ ਉੱਥੇ, ਲੁਧਿਆਣੇ ਵੀ ਇਹਨੇ ਆਪਣਾ ਇੱਕ ਕਲੀਨਿਕ ਟਾਈਪ ਖੋਲਿਆ ਹੋਇਆ, ਡਿਗਰੀ ਇਹਦੇ ਕੋਲ ਕੋਈ ਹੈ ਨਹੀਂ, ਅਤੇ ਇਹਨੇ ਬਸ ਪੈਸਿਆਂ ਦੇ ਲਾਲਚ ਦੇ ਵਿੱਚ ਆ ਕੇ ਇਹਨੇ ਆਹ ਕੰਮ ਕੀਤਾ। ਉਹ ਵੀ ਹਜੇ ਕੋਈ ਐਂਗਲ ਸਾਹਮਣੇ ਆਇਆ ਨਹੀਂ ਨਸ਼ਿਆਂ ਦਾ। ਉਹ ਸਾਰੀ ਡਿਟੇਲ ਅਸੀਂ ਦੱਸ ਦੇਵਾਂਗੇ, ਉਹ ਸਾਡਾ ਇਨਵੈਸਟੀਗੇਸ਼ਨ ਦਾ ਪਾਰਟ ਹੈਗਾ। ਅੱਜ ਇਹਦਾ ਪੁਲਿਸ ਰਿਮਾਂਡ ਹਾਸਿਲ ਕਰਕੇ ਉਹ ਡੂੰਘਾਈ ਨਾਲ ਇਹਦੀ ਪੁੱਛਗਿੱਛ ਕਰਾਂਗੇ ਅਤੇ ਅੱਗੇ ਦੀ ਵੀ ਸਾਰੀ ਤਫਤੀਸ਼ ਇਹਦੀ ਕਰਾਂਗੇ। ਬੱਚਾ ਥੋੜ੍ਹਾ ਗੁੰਮਸੁੰਮ ਹਾਲਤ ਦੇ ਵਿੱਚ ਮਿਲਿਆ ਸੀ, ਜਿਵੇਂ ਥੋੜ੍ਹਾ ਪਰੇਸ਼ਾਨ ਹਾਲਤ ਦੇ ਵਿੱਚ ਮਿਲਿਆ ਸੀ। ਹਾਂ, ਗਲਾ ਘੁੱਟਣ ਦੀ ਇਹਨੇ ਕੋਸ਼ਿਸ਼ ਕੀਤੀ ਸੀ ਬੱਚੇ ਦੀ। ਹਜੇ ਤੱਕ ਹੋਰ ਕਿਸੇ ਦੀ ਸ਼ਮੂਲੀਅਤ ਸਾਹਮਣੇ ਨਹੀਂ ਆਈ, ਫਿਰ ਵੀ ਜੇ ਪੁਲਿਸ ਰਿਮਾਂਡ ਦੇ ਦੌਰਾਨ ਕੋਈ ਹੋਰ ਆਉਂਦੀ ਹੈ ਇੱਦਾਂ ਦੀ ਗੱਲ, ਕਿਸੇ ਹੋਰ ਬੰਦੇ ਦੀ ਸ਼ਮੂਲੀਅਤ ਹੁੰਦੀ ਹੈ, ਉਹਦੇ ਖਿਲਾਫ਼ ਵੀ ਕਾਰਵਾਈ ਕੀਤੀ ਜਾਊਗੀ। ਬਾਈਕ ਲੈ ਗਿਆ ਸੀ ਇਹਨੂੰ ਕਿਵੇਂ ਲੈ ਗਿਆ? ਹਾਂਜੀ, ਬਾਈਕ 'ਤੇ ਲੈ ਕੇ ਗਿਆ। ਇਹਨੇ ਉਦੋਂ ਬੱਚੇ ਨੂੰ ਆਈ ਕਿਹਾ ਸੀ ਵੀ ਤੇਰੇ ਫਾਦਰ ਤੈਨੂੰ ਬੁਲਾ ਰਹੇ ਨੇ, ਤੂੰ ਆ ਜਾ ਮੇਰੀ ਬਾਈਕ 'ਤੇ ਬਹਿ ਜਾ, ਕਿਉਂਕਿ ਆ ਪਹਿਲਾਂ ਤੋਂ ਨੋਨ ਸੀ ਬੱਚੇ ਦਾ, ਅਤੇ ਫਿਰ ਬੱਚਾ ਇਹਦੇ ਨਾਲ ਬਹਿ ਗਿਆ।